ਜਲੰਧਰ ਵਿਖੇ ਅਧਿਆਪਕ ਜਥੇਬੰਦੀਆਂ ਦੀ ਕਨਵੈਨਸ਼ਨ 6 ਜਨਵਰੀ ਨੂੰ ਪੰਜਾਬ ਅਧਿਆਪਕ ਸਾਂਝਾ ਮੋਰਚਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕਾਂ ਨਾਲ ਜੁੜੀਆਂ ਜਥੇਬੰਦੀਆਂ ਦੀ ਕਨਵੈਨਸ਼ਨ 6 ਜਨਵਰੀ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਹੈ, ਜਿਸ ਵਿੱਚ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ। ਮੰਗਾਂ ਜੀ ਜਿਹੜੀਆਂ ਉਹਨਾਂ ਨੇ 1 ਦਸੰਬਰ ਨੂੰ ਸਾਂਝੇ ਅਧਿਆਪਕ ਮੋਰਚੇ ਦੇ ਪਟਿਆਲੇ ਜਾ ਕੇ ਐਕਸ਼ਨ ਦੇ ਵਿੱਚ ਐਲਾਨ ਕੀਤਾ ਸੀ ਕਿ ਸਾਰੀਆਂ ਵਿਕਟੀਮਾਈਜੇਸ਼ਨਾਂ ਜਿਹੜੀਆਂ ਰੱਦ ਹੋਣਗੀਆਂ। ਹਾਲ ਤੱਕ ਉਹਦੇ 'ਚ ਬਹੁਤ ਸਾਰੀਆਂ ਨਹੀਂ ਹੋਈਆਂ ਸੀਗੀਆਂ, ਉਹਨਾਂ ਨੇ ਕਿਹਾ ਕਿ 2 ਦਿਨ ਦੇ ਵਿੱਚ ਕਰਵਾ ਰਹੇ, ਅਧਿਕਾਰੀਆਂ ਨੂੰ ਮੌਕੇ 'ਤੇ ਉਹਨਾਂ ਨੇ ਆਦੇਸ਼ ਦਿੱਤੇ ਹੈ। ਅਤੇ ਦੂਸਰਾ ਸੀਗਾ ਕਿ ਜਿਹੜੀ SSA ਰਮਸਾ ਦੇ ਰਿਵਿਊ ਕਰਨ ਦੇ ਲਈ ਉਹਨਾਂ ਦਾ ਜਿਹੜੀ ਤਨਖਾਹ ਕਟੌਤੀ ਸੀਗੀ ਉਹਦੇ ਲਈ CM ਸਾਹਿਬ ਦੀ ਮੀਟਿੰਗ, ਉਹਨਾਂ ਨੇ ਕਿਹਾ ਵੀ ਇਹ ਜਲਦੀ ਤੁਹਾਨੂੰ ਮੀਟਿੰਗ ਦਵਾ ਕੇ ਕਨਵੇ ਕਰਦੇ ਹਾਂ। 51-78 ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰਕੇ 3 ਸਾਲਾਂ ਦੇ ਪੂਰੇ ਹੋਣ 'ਤੇ ਉਹਨਾਂ ਦੀ ਤਨਖਾਹ ਜਿਹੜੀ ਹੈ ਜਨਵਰੀ ਤੋਂ ਪੂਰੀ ਕਰਕੇ ਇਹ ਪ੍ਰੋਸੈਸ ਜਿਹੜਾ ਉਹਨਾਂ ਨੇ ਸ਼ੁਰੂ ਕਰਾਇਆ। ਅਤੇ ਬਾਕੀ ਜਿਹੜੇ ਵਲੰਟੀਅਰ ਹੈਗੇ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਸਾਰੀ ਕੈਟਾਗਰੀ ਦੇ 1500 ਰੁਪਏ ਦਾ ਵਾਧਾ ਕੀਤਾ ਸੀਗਾ, ਅਤੇ ਉਹ ਕਹਿੰਦੇ ਵੀ ਇਹ ਵੀ ਮੈਂ ਪ੍ਰੋਸੈਸ ਕਰਵਾ ਦਿੱਤਾ। ਯਾਨੀ ਓਵਰਆਲ ਕਹੀਏ ਕਿ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਔਰ ਜਲਦੀ ਸਾਰੀਆਂ ਮੰਗਾਂ ਪੂਰੀਆਂ ਨਹੀਂ ਆ ਜਿੰਨੀਆਂ ਉਹਨਾਂ ਨੇ ਹਲੇ ਐਲਾਨ ਕੀਤੀਆਂ, ਬਾਕੀ ਦਾ ਏਜੰਡਾ ਜਿਹੜਾ ਨਾ ਉਹ CM ਦੀ ਮੀਟਿੰਗ ਦੇ ਵਿੱਚ ਡਿਸਕਸ ਹੋਣਾ, ਅਤੇ ਉਹਦੇ 'ਚੋਂ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਮੀਟਿੰਗ 'ਚ ਆਉਣੀਆਂ। ਇਹ ਜਲਦੀ ਤੁਹਾਨੂੰ ਮੀਟਿੰਗ ਦਵਾ ਰਹੇ, ਅਸੀਂ ਵੀ ਕਿਹਾ ਕਿ 1-2 ਦਿਨ ਦੇ ਵਿੱਚ ਸਾਨੂੰ ਮੀਟਿੰਗ ਦੀ ਡੇਟ ਜਿਹੜੀ ਮਿਲਣੀ ਚਾਹੀਦੀ। ਜਿਹੜੀ ਹੈ ਕਨਵੈਨਸ਼ਨ ਕਰ ਰਹੇ 6 ਤਾਰੀਖ ਨੂੰ ਜਲੰਧਰ ਦੇ ਵਿੱਚ, ਉੱਥੇ ਅਸੀਂ ਸਾਰੇ ਕੇਡਰਸ ਤੋਂ ਸਾਡੀ ਜਿਹੜੀ ਹੇਠਲੀ ਲੀਡਰਸ਼ਿਪ ਹੈ ਉਹ ਵਿਚਾਰ ਲਵਾਂਗੇ, ਅਤੇ ਜਿਸ ਕਿਸਮ ਦੇ ਵਿਚਾਰ ਆਉਣਗੇ ਅਤੇ ਉਸ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਬਣਾਵਾਂਗੇ। ਮਤਲਬ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵੱਲੋਂ ਕੋਈ ਸਾਡੀ ਤੈਅਸ਼ੁਦਾ ਮੀਟਿੰਗ ਨਹੀਂ ਸੀ, ਅਤੇ ਸਾਡਾ ਤਾਂ ਇਹ ਸੀਗਾ ਕਿ ਮੰਤਰੀ ਜੀ ਨੇ ਜੋ ਸਾਡੇ ਨਾਲ ਐਲਾਨ ਕੀਤਾ ਉਹਨਾਂ ਐਲਾਨਾਂ ਨੂੰ ਅਮਲੀ ਰੂਪ ਦੇਣ ਵਾਸਤੇ, ਕਿਉਂਕਿ ਪਿਛਲਾ 1 ਮਹੀਨੇ ਦਾ ਸਮਾਂ ਜਿਹੜਾ ਉਹ ਚੋਣ ਜ਼ਾਬਤੇ ਦੇ ਵਿੱਚ ਲੰਘਿਆ, ਉਹਦੇ ਸੰਬੰਧ 'ਚ ਅਸੀਂ ਅੱਜ ਉਹਨਾਂ ਨੂੰ ਦੁਬਾਰਾ ਇਹ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਮੰਗਾਂ ਸੀ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਕਹਿਣ ਲਈ ਆਏ ਸੀਗੇ, ਜਿਹਦੇ ਵਿੱਚੋਂ ਅਹਿਮ ਮੰਗਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ ਗਈਆਂ ਵਿਕਟੀਮਾਈਜੇਸ਼ਨਾਂ, ਜਿਹਦੇ 'ਚੋਂ ਇੱਕ ਅਹਿਮ ਮੰਗ ਇਹ ਆ ਕਿ ਪਿਛਲੇ 7 ਮਹੀਨਿਆਂ ਤੋਂ SS ਰਮਸਾ ਦੇ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ, ਅਤੇ ਉਹ ਅਸੀਂ ਮਤਲਬ ਅੱਜ ਮੰਤਰੀ ਜੀ ਕੋਲ ਰੱਖੀ ਆ ਕਿ ਉਹਨਾਂ ਅਧਿਆਪਕਾਂ ਦੀ ਤਨਖਾਹ ਹੈ ਜਿਹੜੀ ਉਹ ਜਾਰੀ ਕਰਾਈ ਜਾਵੇ। ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ ਤਨਖਾਹ ਵੀ ਅਸੀਂ ਜਲਦੀ ਹੈ ਜਿਹੜੀ ਉਹ ਜਾਰੀ ਕਰਵਾਵਾਂਗੇ। ਬਾਕੀ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਾਰੀਆਂ ਜਿਹੜੀਆਂ ਮੰਗਾਂ ਹੈ ਅਤੇ ਉਹਦੇ ਸੰਬੰਧ ਦੇ ਵਿੱਚ ਸਾਡੀ ਚਰਚਾ ਹੋਈ ਆ, ਅਸੀਂ ਇਸ ਗੱਲ ਦੀ ਉਮੀਦ ਰੱਖਦੇ ਹਾਂ ਕਿ ਮੰਤਰੀ ਜੀ ਸਰਕਾਰ ਸਿੱਖਿਆ ਦੀ ਬਿਹਤਰੀ ਵਾਸਤੇ ਲੋਕਾਂ ਨਾਲ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਹੋਏ ਵਾਅਦੇ ਨੂੰ, ਚੋਣ ਮਨੋਰਥ ਪੱਤਰ 'ਚ ਕੀਤੇ ਹੋਏ ਵਾਅਦੇ ਨੂੰ, ਸਾਡੇ ਨਾਲ ਮੀਟਿੰਗਾਂ 'ਚ ਕੀਤੇ ਹੋਏ ਵਾਅਦੇ ਨੂੰ ਨਿਭਾਉਣ, ਤਾਂ ਕਿ ਪੰਜਾਬ ਦੀ ਜਿਹੜੀ ਸਿੱਖਿਆ ਉਹ ਵਧੀਆ ਹੋ ਸਕੇ।